ਹੋ ਗਏ ਸਾਜਨ ਹੋ ਗਏ ਉਹ ਲੰਘ ਗਏ ਦਰਿਆ ਜੀ, ਅਸਾਂ ਰੱਜ ਗੱਲਾਂ ਨਾ ਕੀਤੀਆਂ, ਸਾਡੇ ਮਨੋ ਨਾ ਲੱਥਿਆ ਚਾ। ਹਾਲਾਂਕਿ ਗਾਣਾ ਰਿਲੀਜ਼ ਕੀਤਾ, ਉਹਨਾਂ ਨੂੰ ਟ੍ਰਿਬਿਊਟ ਕੀਤਾ, ਡੈਡੀਕੇਟ ਕੀਤਾ। ਇੱਕ ਵਾਰੀ ਉਹਨਾਂ ਨੇ ਕਿਹਾ ਕਿ ਮੇਰੀ ਖੁਆਇਸ਼ ਆ ਕਿ ਮੈਂ ਤਰਜ਼ ਬਣਾਵਾਂ ਜੀ, ਮੈਂ ਹੀ ਗਾਣਾ ਸਿਲੈਕਟ ਕਰਾਂ, ਮੈਂ ਹੀ ਮਿਊਜ਼ਿਕ ਬਣਾਵਾਂ ਅਤੇ ਤੂੰ ਗਾ ਮੈਨੂੰ ਕਹਿੰਦੀ। ਯਾਦ ਕਿੰਨੀ ਕੁ ਆਉਂਦੀ ਹੈ? ਗੀਤ ਦਾ ਟਾਈਟਲ ਹੈ ਕਿੱਥੇ ਤੁਰ ਗਿਆ ਯਾਰਾ। ਭਾਵੁਕ ਵੀ ਹੋਏ ਇਸ ਗੀਤ ਨੂੰ ਗਾਉਣ ਲੱਗੇ ਤੁਸੀਂ? ਬੇਟੇ, ਯਾਦ ਦਾ ਕੋਈ ਪੈਮਾਨਾ ਥੋੜ੍ਹੀ ਹੁੰਦਾ, ਅਹਿਸਾਸ ਨੂੰ ਕੋਈ ਇੰਚੀ ਟੇਪ ਨਾਲ ਥੋੜ੍ਹੀ ਮਿਲ ਸਕਦਾ। ਇੰਨੀ ਮੁਹੱਬਤ ਸੀ, ਪਰ ਜਦੋਂ ਮੌਤ ਦੀ ਖਬਰ ਸੁਣੀ ਉਸ ਵਕਤ ਤੁਸੀਂ ਕਿੱਥੇ ਸੀ ਤਾਂ ਉਦੋਂ ਕੀ ਜ਼ਹਿਨ ਦੇ ਵਿੱਚ ਆਇਆ ਤੁਹਾਡੇ ਉਸ ਵਕਤ? ਮੈਨੂੰ ਜਦੋਂ ਵੇਖਦੀ ਸੀ ਤੇ ਕੁਛ ਲਿਖਣ ਲੱਗੇ ਨਹੀਂ, ਕੁਛ ਬੋਲਣ ਲੱਗੇ, ਬੋਲ ਨਹੀਂ ਹੋਇਆ। ਲੱਭ ਹਿਲਦੇ ਸੀ ਬਹੁਤ, ਮੈਂ ਪਹਿਲੇ ਦਿਨ ਪਰੇ ਜਾ ਕੇ ਮੈਂ ਰੋਇਆ ਕਿ ਬੱਬਰ ਸ਼ੇਰ ਵਰਗਾ ਬੰਦਾ ਕੁਛ ਬੋਲਣ ਦੀ ਕੋਸ਼ਿਸ਼ ਕਰ, ਜਿਹੜਾ ਆਵਾਜ਼ ਹੀ ਜਿਹਦਾ ਇੰਨਾ ਫੋਰਸ ਆ। ਫਿਰ ਕਹਿਣ ਲੱਗੇ, ਮੈਂ ਲਿਖ ਕੇ ਤੁਹਾਨੂੰ ਦੱਸਦਾ, ਲਿਖ ਨਹੀਂ ਹੋਇਆ। ਫਿਰ ਮੇਰੇ ਹੱਥ 'ਚ ਕਾਪੀ ਪੈੱਨ ਫੜਾ ਤਾ, ਕਹਿੰਦੇ ਤੁਸੀਂ ਕੁਛ ਲਿਖੋ। ਮੈਂ ਕਿਹਾ ਮਾਲਕ ਤੁਹਾਨੂੰ ਤੰਦਰੁਸਤੀ ਦੇ ਲਈ ਲਿਖੇ। ਮੈਂ ਫਿਰ ਸ਼ਿਕਾਗੋ ਨੂੰ ਚੜ ਗਿਆ, ਦੇਖੋ ਕਿਆ ਇਤਫਾਕ ਆ। ਉੱਧਰੋਂ ਏਅਰਪੋਰਟ ਤੋਂ ਮੈਂ ਉਤਰਿਆ ਤਾਂ ਉੱਧਰੋਂ ਕਹਿੰਦੇ ਇਸ ਗੌਨ। ਸੋਚ ਕੇ ਦੇਖੋ, ਕਦੀ ਆਸ਼ਿਕ ਨੇ ਮਹਿਬੂਬ ਨੂੰ ਅਸ਼ੋਕ ਨੂੰ ਪੁੱਛਿਆ ਕਿ ਤੂੰ ਮੈਨੂੰ ਕਿਉਂ ਪਿਆਰ ਕਰਦਾ, ਅਤੇ ਜੇ ਉਹਦਾ ਰੀਜ਼ਨ ਹੀ ਦੱਸਦਾ ਤਾਂ ਫਿਰ ਕਾਹਦਾ ਪਿਆਰ ਹੈ। ਜਿਹਨੂੰ ਆਈ ਲਵ ਯੂ ਕਹਿਣਾ ਪਿਆ, ਲਾਹਨਤ ਐਸੇ ਪਿਆਰ ਦੇ। ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਹੋਰਾਂ ਦੀ ਯਾਦ ਦੇ ਵਿੱਚ ਹੰਸ ਰਾਜ ਹੰਸ ਹੋਰਾਂ ਨੇ ਨਵਾਂ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਟਾਈਟਲ ਹੈ ਕਿੱਥੇ ਤੁਰ ਗਿਆ ਯਾਰਾ। ਇਸ ਵਕਤ ਮੇਰੇ ਨਾਲ ਪਦਮ ਸ਼੍ਰੀ ਹੰਸ ਰਾਜ ਹੰਸ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ, ਸਵਾਗਤ ਹੈ ਰੋਜ਼ਾਨਾ ਸਪੋਕਸਮੈਨ। ਜਨਾਬ, ਬੜੀ ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਏ। ਸੁਰਿੰਦਰ ਸ਼ਿੰਦਾ ਹੋਰਾਂ ਦੀ ਯਾਦ ਦੇ ਵਿੱਚ ਤੁਸੀਂ ਗੀਤ ਗਾਇਆ, ਕਿਹੋ ਜਿਹਾ ਅਹਿਸਾਸ ਹੈ? ਕਹਿੰਦੇ ਨਾ ਕਿ ਹੋ ਗਏ ਸਾਜਨ ਹੋ ਗਏ ਉਹ ਲੰਘ ਗਏ ਦਰਿਆ ਜੀ, ਅਸਾਂ ਰੱਜ ਗੱਲਾਂ ਨਾ ਕੀਤੀਆਂ, ਸਾਡੇ ਮਨੋ ਨਾ ਲੱਥਿਆ ਚਾ। ਬਸ ਰੇਤ ਦੀ ਤਰ੍ਹਾਂ ਕਿਰ ਗਿਆ ਉਹ ਜੋ ਪੰਜਾਬੀਆਂ ਦਾ ਲਾਡਲਾ ਯਾਨੀ ਛਿੰਦਾ ਗਾਇਕ ਸੁਰਿੰਦਰ ਛਿੰਦਾ ਜੀ, ਸਾਡੇ ਭਾਈ ਸਨ ਵੱਡੇ, ਔਰ ਬਹੁਤ ਸਾਰੇ ਉਹਨਾਂ ਦੇ ਦੋਸਤ, ਉਹਨਾਂ ਦੇ ਹਮ ਅਸਰ ਆਰਟਿਸਟ, ਉਹਨਾਂ ਨੂੰ ਪਿਆਰ ਕਰਨ ਵਾਲੇ ਪੱਤਰਕਾਰ, ਪੋਲੀਟੀਸ਼ੀਅਨ, ਹਰ ਸ਼ੋਭੇ ਦੇ ਲੋਕ ਆਏ। ਹਾਲਾਂਕਿ ਗਾਣਾ ਰਿਲੀਜ਼ ਕੀਤਾ, ਉਹਨਾਂ ਨੂੰ ਟ੍ਰਿਬਿਊਟ ਕੀਤਾ, ਡੈਡੀਕੇਟ ਕੀਤਾ, ਲੇਕਿਨ ਪਤਾ ਨਹੀਂ ਕਿ ਅਜੀਬੋ ਗਰੀਬ ਸਟੇਟ ਆਫ ਮਾਇੰਡ, ਕੈਫੀਅਤ, ਮੂਡ ਸੀ ਯਾਰ। ਇੱਕ ਵਾਰੀ ਉਹਨਾਂ ਨੇ ਕਿਹਾ ਕਿ ਮੇਰੀ ਖੁਆਇਸ਼ ਆ ਕਿ ਮੈਂ ਤਰਜ਼ ਬਣਾਵਾਂ ਜੀ, ਮੈਂ ਹੀ ਗਾਣਾ ਸਿਲੈਕਟ ਕਰਾਂ, ਮੈਂ ਹੀ ਮਿਊਜ਼ਿਕ ਬਣਾਵਾਂ ਅਤੇ ਤੂੰ ਗਾ ਮੈਨੂੰ ਕਹਿੰਦੀ। ਅੱਛਾ, ਤੁਹਾਨੂੰ ਕਹਿੰਦੀ? ਹਾਂ। ਮੈਂ ਕਿਹਾ ਜੀ ਮੈਨੂੰ, ਮੈਂ ਹੁਣ ਡਾਈਵਰਟ ਜਿਹਾ ਹੋ ਗਿਆ ਉੱਧਰ ਅਤੇ ਗਾਏ ਨੂੰ ਬੜੀ ਦੇਰ ਹੋ ਗਈ ਹੈ। ਕਹਿਣ ਲੱਗੇ ਨਹੀਂ ਮੇਰਾ, ਫਿਰ ਮੈਨੂੰ ਲੱਗਾ ਕਿ ਵੱਡੇ ਨੇ ਜੀ,
ਹੁਕਮ ਮੰਨ ਕੇ ਮੈਂ ਉਹਨਾਂ ਦੇ ਨਾਲ ਆ ਗਿਆ। ਬੜਾ ਖੁਸ਼ ਹੋਏ, ਗਾਣਾ ਵੀ ਜਲਦੀ ਓਕੇ ਹੋ ਗਿਆ। ਹਾਲਾਂਕਿ ਮੈਂ ਆਈ ਵਾਜ ਨਾਟ ਕੌਨਫੀਡੈਂਟ ਐਟ ਦੈਟ ਟਾਈਮ। ਉਹ ਹੁੰਦਾ ਨਾ ਰੋਜ਼ ਕੰਮ ਕਰਨ, ਇੱਕ ਅਰਥ ਵਿੱਦਿਆ ਆ, ਮੈਨੂੰ ਲੱਗਾ ਕਿ ਯਾਰ ਪਤਾ ਨਹੀਂ ਗਾ ਹੋਵੇ ਜਾਂ ਨਾ ਗਾ ਹੋਵੇ। ਉਹਨਾਂ ਦਾ ਆਸ਼ੀਰਵਾਦ, ਕਿਹੜਾ ਗੀਤ ਸੀ ਉਹ? ਉਹ ਏਅਰਪੋਰਟ ਉਹਦਾ ਟਾਈਟਲ ਸੀ। ਬੜਾ ਉਹਨਾਂ ਨੂੰ ਲਾਈਕ ਸ਼ਾਇਕ ਵੀ ਥੋੜ੍ਹਾ ਬਹੁਤਾ ਕੀਤਾ ਗਿਆ, ਵਿਊਜ਼ ਵਿਆਜ ਜਿਹੜੇ ਤੁਸੀਂ ਦੱਸਦੇ ਆ ਬਹੁਤ ਆਏ ਸੀ ਉਹਦੇ। ਇਹ ਥੋੜ੍ਹੇ ਦੇਰ ਦੀ ਗੱਲ ਹੈ, ਡੇਢ ਦੋ ਸਾਲ ਦੀ ਗੱਲ ਹੈ। ਬਕਾਇਦਾ ਮੈਨੂੰ ਚੁੱਕ ਕੇ ਲਏ ਘਰ 'ਚ, ਰਿਕਾਰਡਿੰਗ ਕਰਵਾਈ, ਵੀਡੀਓ ਬਣਾਈ। ਇਹੋ ਹੀ ਵੀਡੀਓ ਡਾਇਰੈਕਟਰ ਸੀਗੇ ਜਿਹੜੇ ਹੁਣ, ਹਾਂ ਇਹੋ ਹੀ ਚਿਤਰਣੀ ਜਿਹੀ ਲੱਗੀ ਰਹੀ ਕਿ ਇੱਕੋ ਮੁਕਾਮ ਸੀ, ਇਹੋ ਹੀ ਬੰਦੇ, ਅਤੇ ਅਸੀਂ ਛਿੰਦਾ ਜੀ ਦੀ ਕੰਪੋਜੀਸ਼ਨ ਗਾ ਰਹੇ ਹਾਂ, ਉਹ ਵਾਹਵਾ ਵਾਹਵਾ ਕਰ ਰਿਹਾ ਕੰਟਰੋਲ ਰੂਮ 'ਚ। ਇਹ ਕਾ ਮੁਕਾਮ ਹੈ ਕਿ ਉਹਨੂੰ ਹੈ ਹੀ ਨਹੀਂ, ਉਹਨੂੰ ਮਰਹੂਮ ਕਹਿਣ ਲੱਗ ਪਿਆ। ਸੋ ਹੈ ਤਾਂ ਤਕਲੀਫ ਦੇ, ਪਰ ਇਹ ਇਲਾਹੀ ਹੁਕਮ ਹੈ, ਇਹਦੇ ਅੱਗੇ ਨਹੀਂ ਕਿਸੇ ਦਾ ਜ਼ੋਰ। ਯਾਦ ਕਿੰਨੀ ਕੁ ਆਉਂਦੀ ਹੈ? ਗੀਤ ਦਾ ਟਾਈਟਲ ਹੈ ਕਿੱਥੇ ਤੁਰ ਗਿਆ ਯਾਰਾ। ਭਾਵੁਕ ਹੀ ਹੋਏ ਇਸ ਗੀਤ ਨੂੰ ਗਾਉਣ ਲੱਗੇ ਤੁਸੀਂ? ਬੇਟੇ ਯਾਦ ਦਾ ਕੋਈ ਪੈਮਾਨਾ ਥੋੜ੍ਹੀ ਹੁੰਦਾ, ਅਹਿਸਾਸ ਨੂੰ ਕੋਈ ਇੰਚੀ ਟੇਪ ਨਾਲ ਥੋੜ੍ਹੀ ਮਿਣ ਸਕਦਾ। ਅਹਿਸਾਸ, ਯਾਦ, ਮੁਹੱਬਤ, ਇਹਨੂੰ ਮਿਣ ਨਹੀਂ ਕੋਈ ਸਕਦਾ ਔਰ ਨਾ ਬਿਆਨ ਕਰ ਸਕਦਾ। ਇਹ ਇੱਕ ਟਿਪੀਕਲ ਜਿਹਾ ਸਵਾਲ ਹੈ, ਤੁਸੀਂ ਸਾਰਿਆਂ ਨੂੰ ਕਰਦੇ ਰਹਿੰਦੇ, ਪਰ ਕਦੀ ਮੁਹੱਬਤ ਮਿਣੀ ਜਾ ਸਕਦੀ ਹੈ? ਅਹਿਸਾਸ ਦੀ ਲੰਬਾਈ ਚੌੜਾਈ ਕੀ ਦੱਸੀ, ਕਾਇਨਾਤ ਮੁੱਕ ਜਾਂਦੀ ਹੈ। ਸੱਜਣਾ ਦੀ ਫੋਟੋ ਸਾਹਮਣੇ ਬਹਿ ਕੇ ਮੀਲ ਮੀਲ ਲੰਮੇ ਹੋ ਕੇ ਲੈਣਾ, ਇੱਕ ਗੀਤ ਗਾਇਆ ਸੀ ਮੈਂ, ਦੇਵੀ ਸਾਹਿਬ ਦਾ ਲਿਖਿਆ ਸੀ, ਮਖਸੂਸਪੁਰੀ ਸਾਹਿਬ ਦਾ। ਦਿਨ ਲੰਘਦੇ ਉਮੀਦਾਂ ਦੇ ਸਹਾਰੇ, ਹਾਏ ਸੱਜਣਾ ਦੇ ਲਾਰੇ ਅਤੇ ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਸਾਹ ਸੋਹਣਿਆਂ ਤੋਂ ਮੰਗਣੇ ਉਧਾਰੇ। ਉਹਦੇ ਵਿੱਚ ਇੱਕ ਮਿਸਰਾ ਸੀ, ਸੱਜਣਾ ਦੀ ਫੋਟੋ ਸਾਹਮਣੇ ਬਹਿ ਕੇ ਮੀਲ ਮੀਲ ਲੰਮੇ ਹੋ ਕੇ ਲੈਣੇ, ਹਾਏ ਹਾਏ। ਸੋ ਇਸ਼ਕ ਦੀ ਬੇਟਾ ਕੀ, ਇਹਦਾ ਕੋਈ ਪੈਮਾਨਾ ਨਹੀਂ। ਤੁਹਾਡੀ ਪਹਿਲੀ ਮੁਲਾਕਾਤ ਕਦੋਂ ਹੋਈ ਸੀ ਸੁਰਿੰਦਰ ਸ਼ਿੰਦਾ ਹੋਰਾਂ ਦੇ ਨਾਲ? ਪਹਿਲਾਂ ਤਾਂ ਐਟ ਡਿਸਟੈਂਸ, ਦੂਰੋਂ ਹੀ ਖਾੜੇ ਖੁੜੇ ਅਸੀਂ ਵੇਖਦੇ ਹੁੰਦੇ ਸਾਂ। ਮੈਂ ਪੜ੍ਹਦਾ ਸਾਂ, ਮੇਰੇ ਤੋਂ ਸੀਨੀਅਰ ਸੀਗੇ 10-12 ਸਾਲ। ਫਿਰ ਪ੍ਰੋਫੈਸਰ ਮੋਹਨ ਸਿੰਘ ਜੀ ਦਾ ਮੇਲਾ ਸੀ, ਉੱਥੇ ਮੈਂ ਦੇਖਿਆ ਯਾਰ ਬੜਾ ਸ਼ਾਨਦਾਰ ਚਾਦਰ ਕੁੜਤਾ ਲਾਇਆ ਹੋਇਆ। ਗੁਲਸ਼ਨ ਕੋਮਲ ਜੀ ਨਾਲ ਸੀਗੇ, ਮੈਨੂੰ ਉਹਨਾਂ ਦੇ ਉਸਤਾਦ ਜੀ ਲੈ ਕੇ ਗਏ ਸੀ, ਭਵਰਾ ਸਾਹਿਬ ਜੀ। ਮੈਂ ਉਹਨਾਂ ਨੂੰ ਕਿਹਾ ਜੀ ਮੈਂ ਜੀਨ ਸ਼ੀਨ ਜੀ ਪਾਈ, ਮੇਰੇ ਤਾਂ ਕੱਪੜੇ ਹੀ ਨਹੀਂ ਗਾਉਣ ਵਾਲੇ, ਹੁਣ ਤਾਂ ਖੈਰ ਪਾ ਕੇ ਉਹ ਗਾ ਲਈਦੇ। ਮੈਂ ਕਿਹਾ ਜੀ ਮੈਂ ਨਹੀਂ ਗਾਉਣਾ। ਭਵਰਾ ਸਾਹਿਬ ਕਹਿੰਦੇ ਬੰਦਾ ਬਣ ਜਾ ਚੁੱਪ ਕਰਕੇ। ਉਹ ਵੱਡੇ ਸੀ ਉਸਤਾਦ ਸੀ, ਆਪ ਬਨੈਨ ਸਣੇ ਬਹਿ ਗਿਆ, ਮੈਨੂੰ ਕੁੜਤਾ ਲਾ ਕੇ ਦੇ ਕੇ ਚੱਲ ਐਂਟਰੀ ਦੇ ਕੇ ਆ ਭਵਰਾ ਸਾਹਿਬ, ਦੇਖੋ ਕਿੱਡੇ ਸੋਹਣੇ ਜ਼ਮਾਨੇ ਸੀ। ਫਿਰ ਮੈਂ ਉੱਥੇ ਗਾਇਆ, ਫਿਰ ਅਸੀਂ ਮਿਲਦੇ, ਪਰ ਕਲੋਜ਼ ਨਹੀਂ ਸੀ ਹੋਏ, ਕਲੋਜ਼ ਥੋੜ੍ਹੇ ਸਾਲਾਂ ਤੋਂ ਜ਼ਿਆਦਾ ਹੀ ਹੋ ਗਏ ਸੀ। ਸਵੇਰੇ ਉੱਠਦਿਆਂ ਉਹਨਾਂ ਨੇ ਹਮੇਸ਼ਾ ਫਤਿਹ ਬੁਲਾਉਣੀ ਸ਼ਾਮ ਨੂੰ ਸੌਣ ਤੋਂ ਪਹਿਲਾਂ। ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਡੇ ਤੋਂ ਜੂਨੀਅਰ ਹੈ, ਤੁਸੀਂ ਸੀਨੀਅਰ ਹੈ, ਇੰਝ ਨਾ ਕਰਿਆ ਕਰੋ। ਪਤਾ ਨਹੀਂ ਕੀ ਮਨ 'ਚ ਆ ਗਿਆ ਸੀ, ਮੇਰੀ ਫੋਟੋ ਡਰਾਇੰਗ ਰੂਮ 'ਚ ਲਾ ਲਈ, ਬੈੱਡਰੂਮ 'ਚ ਲਾ ਲਈ, ਬਟੂਏ 'ਚ ਰੱਖ ਲਈ। ਸੁਰਿੰਦਰ ਸ਼ਿੰਦਾ ਹੋਰਾਂ ਨੇ, ਹਾਂ ਫੋਟੋ ਜਦੋਂ ਘਰ ਜਾਓ ਨਾ ਲੁਧਿਆਣੇ, ਤਾਂ
ਫੋਟੋ ਲਾਈ ਸੀ ਮੈਂ ਉਹਨਾਂ ਨੂੰ ਮੈਂ ਆਈ ਜਸਟ ਵੰਡਰ ਮੈਂ ਕਿਹਾ ਇੱਡਾ ਵੱਡਾ ਸੁਪਰ ਸਟਾਰ ਆ ਜਿਹਨੂੰ ਅਸੀਂ ਦੇਖਣ ਲਈ ਤਰਸਦੇ ਸਨ ਪਤਾ ਨਹੀਂ ਉਹਨਾਂ ਨੇ ਕੀ ਨਕਸ਼ਾ ਮੇਰਾ ਬਣਾ ਲਿਆ ਸੀ ਬਹੁਤ ਜ਼ਿਆਦਾ ਉਹ ਇੱਕ ਮੈਂ ਹੁਣ ਕੀ ਲਫਜ਼ ਆਪਣੇ ਬਾਰੇ ਵਰਤਾਂ ਮੈਨੂੰ ਐਮਬੈਰਸਿੰਗ ਹੁੰਦੀ ਹੈ ਜੋ ਉਹ ਵਰਤਦੇ ਸੀ ਜਦੋਂ ਤੁਸੀਂ ਇਸ ਤਰ੍ਹਾਂ ਤਸਵੀਰਾਂ ਦੇਖੀਆਂ ਕਿ ਇੰਨੀ ਮੁਹੱਬਤ ਮੈਨੂੰ ਦੇ ਰਹੇ ਨੇ ਮੈਂ ਤਾਂ ਛੋਟਾ ਤਾਂ ਤੁਸੀਂ ਫਿਰ ਉਹਨਾਂ ਨੂੰ ਕੀ ਕਿਹਾ ਕਿ ਮੇਰੀਆਂ ਤਸਵੀਰਾਂ ਤੁਸੀਂ ਘਰ ਦੇ ਵਿੱਚ ਲਾਈਆਂ ਹੋਈਆਂ ਆਪਣੇ ਬੈਡਰੂਮ 'ਚ ਉਹਨਾਂ ਦੇ ਬਾਰੇ ਇਹੀ ਸੀਗਾ ਕਿ ਉਹ ਸ਼ੁਗਲ ਸ਼ੁਗਲ 'ਚ ਕਿਸੇ ਤਰ੍ਹਾਂ ਵੀ ਬੋਲ ਦਿੰਦੇ ਸੀ ਅਤੇ ਆਰਟਿਸਟ ਮਾਇੰਡ ਨਹੀਂ ਸੀ ਕਰਦੇ ਪਰ ਮੈਨੂੰ ਬੜੀ ਹੈਰਤ ਹੋਈ ਕਿ ਮੈਨੂੰ ਇਸ ਤਰ੍ਹਾਂ ਕਿਉਂ ਇਹਨਾਂ ਨੇ ਇੰਨਾ ਸੀਰੀਅਸਲੀ ਪਿਆਰ ਕੀਤਾ ਪੁੱਛਿਆ ਸੀ ਤੁਸੀਂ ਉਹਨਾਂ ਨੂੰ ਕਦੇ ਇਸ ਤਰ੍ਹਾਂ ਬੇਟੇ ਕਦੀ ਆਸ਼ਿਕ ਨੇ ਮਹਿਬੂਬ ਨੂੰ ਮਸ਼ੋਕ ਨੂੰ ਪੁੱਛਿਆ ਕਿ ਤੂੰ ਮੈਨੂੰ ਕਿਉਂ ਪਿਆਰ ਕਰਦਾ ਅਤੇ ਜੇ ਉਹਦਾ ਰੀਜ਼ਨ ਹੀ ਦੱਸਦਾ ਤਾਂ ਫਿਰ ਕਾਹਦਾ ਪਿਆਰ ਹੈ ਜਿਹਨੂੰ ਆਈ ਲਵ ਯੂ ਕਹਿਣਾ ਪਿਆ ਲਾਹਨਤ ਐਸੇ ਪਿਆਰ ਦੇ ਪਿਆਰ ਹੁਣੇ ਮੈਂ ਯਾਦ ਕਰਾਂ ਇੱਥੇ ਯਾਦ ਕਰਾਂ ਕਿਤੇ ਉਹਨੂੰ ਸੁਨੇਹਾ ਪਹੁੰਚ ਜਾਏ ਉਹਦੀਆਂ ਅੱਖਾਂ 'ਚ ਆਂਸੂ ਆਉਣ ਉਹਨੂੰ ਮੁਹੱਬਤ ਕਹਿੰਦੇ ਕੋਈ ਜਿਹੜੇ ਜ਼ਰੂਰੀ ਨਹੀਂ ਕੋਈ ਬੰਦੇ ਬੁੜੀ ਦਾ ਹੀ ਪਿਆਰ ਹੁੰਦਾ ਜੀ ਇਹ 'ਚ ਜੈਂਡਰ ਸ਼ੈਂਡਰ ਦੀ ਵੀ ਨਹੀਂ ਕੋਈ ਰੌਲਾ ਗੁਰੂ ਚੇਲੇ ਦਾ ਹੋ ਸਕਦਾ ਬਾਪ ਬੇਟੇ ਦਾ ਹੋ ਸਕਦਾ ਔਰ ਇਸ ਤਰ੍ਹਾਂ ਹੀ ਹਮ ਅਸਰ ਸਮਕਾਲੀ ਜਿਹਨੂੰ ਕਹਿੰਦੇ ਆਰਟਿਸਟਾਂ 'ਚ ਕਈ ਵਾਰੀ ਇੱਕ ਦੂਜੇ ਪ੍ਰਤੀ ਸ਼ਰਧਾ ਬਣ ਜਾਂਦੀ ਪਤਾ ਨਹੀਂ ਕਿਹੜੀ ਗੱਲ ਨੂੰ ਲੈ ਕੇ ਉਹਨਾਂ ਨੇ ਇਸ ਤਰ੍ਹਾਂ ਮੈਨੂੰ ਦੇਖਣਾ ਸ਼ੁਰੂ ਕਰ ਦਿੱਤਾ ਸੀ ਮੈਨੂੰ ਨਹੀਂ ਪਤਾ ਇਹ ਕਿੱਥੇ ਤੁਰ ਗਿਆ ਯਾਰਾ ਜਦੋਂ ਗੀਤ ਗਾ ਰਹੇ ਸੀ ਤੁਸੀਂ ਹਾਲਾਂਕਿ ਤੁਸੀਂ ਕਿਹਾ ਜਾ ਰਿਹਾ ਕਿ ਤੁਸੀਂ ਉਸ ਸਮੇਂ ਭਾਵੁਕ ਵੀ ਹੋਏ ਜੋ ਯਾਦਾਂ ਨੇ ਤੁਹਾਡੀਆਂ ਉਹ ਤਾਜ਼ਾ ਹੋਈਆਂ ਸੁਰਿੰਦਰ ਸ਼ਿੰਦਾ ਹੋਰਾਂ ਦੇ ਨਾਲ ਔਰ ਖਾਸ ਤੌਰ 'ਤੇ ਅੱਜ ਵੀ ਜਿਹੜੀ ਜ਼ਹਿਨ ਦੇ ਵਿੱਚ ਜਿਹੜੀ ਯਾਦ ਹੈ ਉਹਨਾਂ ਦੇ ਨਾਲ ਜੁੜੀ ਹੋਈ ਉਹ ਜੇ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਜਿਹੜਾ ਇਹ ਗੀਤ ਹੈ ਨਾ ਲਿਖਿਆ ਹਰਜੀਤ ਸਿੰਘ ਸਰਦਾਰ ਹਰਜੀਤ ਸਿੰਘ ਸੇਖੋਂ ਸਾਹਿਬ ਨੇ ਜੀ ਬੜੇ ਆਲਾ ਦਰਜੇ ਦੇ ਆਫਿਸਰ ਹੈ ਜੀ ਔਰ ਲਿਖਦੇ ਬਹੁਤ ਅੱਛਾ ਹੈ ਜੀ ਐਕਚੁਲੀ ਛਿੰਦਾ ਜੀ ਨੇ ਹੀ ਮਿਲਾਇਆ ਸੀ ਇਹਨਾਂ ਨੂੰ ਦੇਖੋ ਇਹ ਵੀ ਇਤਫਾਕ ਆ ਜੀ ਤੁਹਾਨੂੰ ਪਿਆਰ ਦੀ ਗੱਲ ਦੱਸਾਂ ਮੈਂ ਕਿਹਾ ਇੱਕ ਲੁਧਿਆਣੇ ਢਾਬਾ ਯਾਰ ਬੜਾ ਜ਼ਿਕਰ ਸੁਣਿਆ ਦਲੇਰ ਭਾਜੀ ਦੱਸਦੇ ਹੁੰਦੇ ਕਿ ਖਾਣਾ ਬੜਾ ਸਵਾਦ ਉੱਥੇ ਕਿਸ ਦਿਨ ਮੈਂ ਆਉਣਾ ਉੱਥੇ ਇਕੱਠੇ ਬੈਠ ਕੇ ਖਾਣਾ ਖਾਣਾ ਕਹਿੰਦੇ ਠੀਕ ਹੈ ਸੇਖੋਂ ਸਾਹਿਬ ਨੂੰ ਘਰੋਂ ਚੁੱਕਿਆ ਟਿਫਿਨ ਉਹਨਾਂ ਦੇ ਘਰ ਵੀ ਸੀ ਉਹਨਾਂ ਦੇ ਘਰ ਵੀ ਟਿਫਿਨ ਕਿਹੜੇ ਘਰ ਨਵਾਂ ਟਿਫਿਨ ਲਿਆ ਵੱਡਾ ਉਹਨੂੰ ਕਹਿੰਦਾ 6-7 ਘੰਟੇ ਠੰਡੀ ਨਾ ਹੋਵੇ ਰੋਟੀ ਹਾਲਾਂਕਿ ਜ਼ਿਆਦਾ ਦੇਰ ਨੂੰ ਲੱਗਦਾ ਉੱਥੋਂ ਰੋਟੀ ਪੈਕ ਕਰਾਈ ਉਸੇ ਢਾਬੇ ਤੋਂ ਕੋਲ ਖੜ੍ਹੇ ਹੋ ਕੇ ਬਣਵਾਈ ਜਲੰਧਰ ਮੇਰੇ ਉੱਠਣ ਤੋਂ ਪਹਿਲਾਂ ਮੈਂ ਲਓ ਜੀ ਛਕੋ ਸੋਚ ਸਕਦੇ ਹਾਂ ਐਡਾ ਵੱਡਾ ਸਿੰਗਰ ਅਤੇ ਇੰਨਾ ਪਿਆਰਾ ਬੰਦਾ ਮੈਂ ਕਿਹਾ ਤੁਸੀਂ ਤਕਲੀਫ ਕਿਉਂ ਕੀਤੀ ਮੈਂ ਤਾਂ ਮਿਲਣ ਬਹਾਨੇ ਨਾਲ ਤੁਹਾਨੂੰ ਮਿਲਣ ਆਉਣਾ ਸੀ ਲੁਧਿਆਣੇ ਨਾਲੇ ਉੱਥੇ ਖਾਣਾ ਖਾ ਲੈਂਦੇ ਉਹ ਵੈਜੀਟੇਰੀਅਨ ਮਾਮਲੇ 'ਚ ਜ਼ਿਆਦਾ ਵਧੀਆ ਬਣਾਉਂਦੇ ਕਹਿੰਦੇ ਮੈਂ ਹੁਣ ਮਿਲਣੀ ਆ ਖਾਣਾ ਕੈਨ ਯੂ ਇਮੈਜਿਨ ਕਿ ਐਡੇ ਸੀਨੀਅਰ ਹੋ ਕੇ ਉਹ ਇਸ ਤਰ੍ਹਾਂ ਦੇ ਹੰਬਲ ਬੰਦੇ ਸਨ ਸਿਰਫ ਮੈਂ ਐਵੇਂ ਕਿਹਾ ਮੈਂ ਕਿਹਾ ਯਾਰ ਬੜਾ ਜ਼ਿਕਰ ਕਰ ਦਿੰਦੇ ਆ ਦਲੇਰ ਭਾਈ ਜਦੋਂ ਵੀ ਆਉਂਦੇ ਨੇ ਕਿ ਉੱਥੇ ਖਾਣਾ ਖਾਓ
ਬਹੁਤ ਟੇਸਟੀ ਹੈ। ਮੈਂ ਵੀ ਕਹਿ ਬੈਠਾ ਅਤੇ ਕੋਈ ਕਰਦਾ ਇੱਦਾਂ ਅੱਜ ਦੇ ਯੁੱਗ 'ਚ? ਉਹ ਇੱਦਾਂ ਦੇ ਸੀਗੇ ਛਿੰਦਾ ਜੀ, ਤਾਂ ਰੋਂਦੇ ਆ ਸਾਰੇ ਯਾਰ ਉਹਦੇ ਰੋਂਦੇ, ਹੈ ਨਾ। ਇੰਨੀ ਪਿਆਰ ਸੀ, ਇੰਨਾ ਇੰਨੀ ਮੁਹੱਬਤ ਸੀ, ਪਰ ਜਦੋਂ ਮੌਤ ਦੀ ਖਬਰ ਸੁਣੀ ਉਸ ਵਕਤ ਤੁਸੀਂ ਕਿੱਥੇ ਸੀ ਤਾਂ ਉਦੋਂ ਕੀ ਜ਼ਹਿਨ ਦੇ ਵਿੱਚ ਆਇਆ ਤੁਹਾਡੇ ਉਸ ਵਕਤ? ਜਦੋਂ ਬਿਮਾਰ ਹੋਏ ਆ ਜੀ, ਇੱਕਦਮ ਨਹੀਂ ਦੱਸਿਆ, ਸ਼ਾਇਦ ਪਤਾ ਨਹੀਂ ਉਹਨਾਂ ਦਾ ਹੁਕਮ ਸੀ ਜਾਂ ਪਤਾ ਨਹੀਂ ਕੀ ਰੀਜ਼ਨ ਸੀ। ਜਦੋਂ ਮੈਨੂੰ ਪਤਾ ਲੱਗਾ ਉਦੋਂ 3-4 ਦਿਨ 5 ਦਿਨ ਹੋ ਗਏ ਸੀ। ਓਪਰੇਟ ਵੀ ਕਰਤਾ ਸੀ ਉਹਨਾਂ ਨੇ, ਕੇਸ ਯਾਨੀ ਥੋੜ੍ਹਾ ਜਿਹਾ ਖਰਾਬ ਹੋ ਗਿਆ। ਫਿਰ ਮੈਂ ਤੁਹਾਨੂੰ ਪਤਾ ਦਿੱਲੀਓਂ ਤੁਰਦਾ ਸੀ ਮੈਂ ਜੀ, ਉਦੋਂ ਆਉਂਦਾ ਸੀ ਜਦੋਂ ਤੁਸੀਂ ਨਾ ਹੋਵੋ ਯਾਨੀ ਮੀਡੀਆ ਨਾ ਹੋਵੇ। ਕੁਝ ਲੋਕ ਤਾਂ ਦੱਸਣ ਆਉਂਦੇ ਆ ਨਾ, ਮੀਡੀਆ ਨੂੰ ਪਹਿਲਾਂ ਹੀ ਫੋਨ ਕਰ ਦਿੰਦੇ ਜਦੋਂ ਟਾਈਮ ਲੱਗਣਾ ਪਤਾ ਲੈਣ ਆਉਣਾ। ਇੱਕ ਦਿਨ ਮੈਨੂੰ 2 ਦਿਨ ਲਈ ਸਿਰਫ ਸ਼ਿਕਾਗੋ ਜਾਣਾ ਸੀ USA, ਮੈਂ ਜ਼ਰੂਰੀ ਸੀ, ਅਤੇ ਦਾਖਲ ਹੋਇਆ ਉਹਨਾਂ ਨੂੰ 15-20 ਦਿਨ ਹੋ ਗਏ ਸਨ। ਮੈਂ ਕਿਹਾ ਜਾਣ ਆਉਣ ਹੀ ਕਰਨਾ, ਤੁਸੀਂ ਇਹ ਦੇਖ ਲਓ ਕਿ ਇੰਨੇ ਦਿਨ ਮੈਂ ਆਉਂਦਾ ਰਿਹਾ ਠੀਕ ਰਹੇ। ਮੈਨੂੰ ਜਦੋਂ ਵੇਖਦੀ ਸੀ ਤਾਂ ਕੁਛ ਲਿਖਣ ਲੱਗੇ ਨਹੀਂ, ਕੁਛ ਬੋਲਣ ਲੱਗੇ, ਬੋਲ ਨਹੀਂ ਹੋਇਆ, ਲੱਭ ਹਿਲਦੇ ਸੀ ਬਹੁਤ। ਮੈਂ ਪਹਿਲੇ ਦਿਨ ਪਰੇ ਜਾ ਕੇ ਮੈਂ ਰੋਇਆ ਕਿ ਬੱਬਰ ਸ਼ੇਰ ਵਰਗਾ ਬੰਦਾ ਕੁਛ ਬੋਲਣ ਦੀ ਕੋਸ਼ਿਸ਼ ਕਰ, ਜਿਹੜਾ ਆਵਾਜ਼ ਹੀ ਜਿਹਦਾ ਇੰਨਾ ਫੋਰਸ ਆ। ਫਿਰ ਕਹਿਣ ਲੱਗੇ ਮੈਂ ਲਿਖ ਕੇ ਤੁਹਾਨੂੰ ਦੱਸਦਾ, ਲਿਖ ਨਹੀਂ ਹੋਇਆ। ਫਿਰ ਮੇਰੇ ਹੱਥ 'ਚ ਕਾਪੀ ਪੈੱਨ ਫੜਾ ਅਤੇ ਕਹਿੰਦੇ ਤੁਸੀਂ ਕੁਛ ਲਿਖ। ਮੈਂ ਕਿਹਾ ਮਾਲਕ ਤੁਹਾਨੂੰ ਤੰਦਰੁਸਤੀ ਦੇਵੇ, ਲਿਖੇ। ਮੈਂ ਫਿਰ ਸ਼ਿਕਾਗੋ ਨੂੰ ਚੜ ਗਿਆ, ਦੇਖੋ ਕਿਆ ਇਤਫਾਕ ਆ। ਉੱਧਰੋਂ ਏਅਰਪੋਰਟ ਤੋਂ ਮੈਂ ਉਤਰਿਆ ਤਾਂ ਉੱਧਰੋਂ ਕਹਿੰਦੇ ਇਜ਼ ਗੋਨ। ਸੋਚ ਕੇ ਦੇਖੋ ਇਸ ਤਰ੍ਹਾਂ ਦੇ ਵਾਕਿਆਤ ਨੇ ਜਿਹੜੇ ਤਮਾਮ ਉਮਰ ਇਹਨੂੰ ਤੁਸੀਂ ਇਰੇਜ਼ ਨਹੀਂ ਕਰ ਸਕਦੇ, ਡਿਲੀਟ ਨਹੀਂ ਕਰ ਸਕਦੇ, ਭੁੱਲ ਨਹੀਂ ਸਕਦੇ, ਇਹਨੂੰ ਨਾਲ ਹੀ ਕੈਰੀ ਕਰਨਾ ਪੈਣਾ। ਹੁਣ ਆਪਣਿਆਂ ਦੇ ਦੁੱਖ ਆ ਨਾ, ਜਿਹੜੇ ਵੇਸਣ ਵੁਸਣ ਲੱਗਾ ਦਾੜੀ ਨੂੰ, ਚੋਰ ਤਿਣਕਾ ਤਾਂ ਨਹੀਂ, ਵੇਸਣ ਹੀ ਆ ਨਾ, ਕੋਈ ਗੱਲ ਨਹੀਂ। ਹੁਣ ਮੇਰੇ ਇੱਕ ਪਸੰਦ ਦੇ ਆਰਟਿਸਟ ਆਏ ਨੇ ਜੀ, ਰੰਜਨ ਰੋਮੀ ਸਾਹਿਬ ਜੀ, ਇਹ ਵੈਸੇ ਇਹ ਵੀ ਅਫਸਰ ਨੇ ਜੀ ਦੂਰਦਰਸ਼ਨ 'ਤੇ। ਜਿਹੜਾ ਸੈਫਲ ਮਲੂਕ ਦਾ ਇੱਕ ਅੱਧਾ ਮਿਸਰਾ ਸੁਣੋ ਜਰਾ ਜੀ, ਮੈਂ ਅੱਗੇ ਵੀ ਉਹਨਾਂ ਕੋਲ ਸੁਣਦਾ। ਮੈਂ ਪਰ ਚਾਹੁੰਦਾ ਕਿ ਜੀ ਮੈਂ ਉਹਨਾਂ ਤੋਂ ਵੀ ਗੱਲਬਾਤ ਅੱਗੇ ਕਰਦੇ ਹਾਂ, ਪਰ ਮੈਂ ਚਾਹੁੰਦਾ ਕਿ ਜਿਹੜੇ ਸੁਰਿੰਦਰ ਸ਼ਿੰਦਾ ਹੋਰਾਂ ਨੂੰ ਜਿਹੜੇ ਉਹਨਾਂ ਦੇ ਫੈਨਸ ਪਿਆਰ ਕਰਦੇ ਨੇ, ਤੁਹਾਡੇ ਫੈਨਸ ਨੇ, ਮੈਂ ਚਾਹੁੰਦਾ ਕਿ ਤੁਸੀਂ ਜਾਂਦੇ ਜਾਂਦੇ ਉਹਨਾਂ ਫੈਨਸ ਬਾਰੇ ਹੀ ਕਹਿਣਾ ਚਾਹੁੰਦੇ ਹੋ, ਔਰ ਜਿਹੜਾ ਤੁਸੀਂ ਗੀਤ ਗਾਇਆ ਉਹ ਗੀਤ ਗੁਣਗੁਣਾ ਦਿਓ। ਉਹ ਮੈਂ ਗੀਤ ਤੁਹਾਨੂੰ ਭੇਜ ਦਿੰਦਾ ਹੁਣੇ ਜੀ, ਤੁਸੀਂ ਲਾ ਦਿਓ ਚੈਨਲ 'ਚ, ਇਨਸਰਟ ਕਰ ਦਿਓ ਜੀ। ਸੁਣਨ ਵਾਲਿਆਂ ਨੂੰ ਮੈਂ ਇਹੀ ਕਹਾਂਗਾ ਕਿ ਉਹਨਾਂ ਲਈ ਹਮੇਸ਼ਾ ਦੁਆ ਕਰਿਆ ਕਰੋ, ਮਾਲਕ ਉਹਨਾਂ ਨੂੰ ਸੋਹਣੀ ਜਗ੍ਹਾ ਰੱਖੇ। ਜੇ ਦੁਬਾਰਾ ਜਨਮ ਹੋਵੇ ਤਾਂ ਉਹ ਗਵੱਈਆ ਹੀ ਹੋਵੇ, ਉਹ ਉਸੇ ਤਰ੍ਹਾਂ ਦਾ। ਸੋ ਇਹ ਸੀ ਸਾਡੇ ਨਾਲ ਪਦਮ ਸ਼੍ਰੀ ਹੰਸਰਾਜ ਹੰਸ, ਜਿਨ੍ਹਾਂ ਨਾਲ ਅਸੀਂ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਹੋਰਾਂ ਦੀਆਂ ਯਾਦਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ, ਔਰ ਨਵਾਂ ਗੀਤ ਵੀ ਉਹਨਾਂ ਦੀ ਯਾਦ ਦੇ ਵਿੱਚ ਪਦਮ ਸ਼੍ਰੀ ਹੰਸਰਾਜ ਹੰਸ ਹੋਰਾਂ ਨੇ ਗਾਇਆ, ਜੋ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਦੇਖਿਓ ਅਤੇ ਵੱਧ ਤੋਂ ਵੱਧ ਪਿਆਰ ਦਿਓ। ਫਿਲਹਾਲ ਦੇ ਦਿਓ ਇਜਾਜ਼ਤ, ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ TV।